ऐसा नाम निरंजन हो, ऐसा नाम निरंजन हो, ऐसा नाम, ऐसा नाम निरंजन हो, जे को मन ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਉਣ ਕਾ ਸਦਕਾ ਸਭ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਹਿ ਤਮਾਂ ਤਾਂ ਰਚਿਆ ਜੀ ਰਹਿ। ਦੇਵ ਤੇ ਫਤਿਹ ਬਿਰਧ ਕੀ ਪੈ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੇ। ਸਿੱਖਾਂ ਦਾ ਮਨ ਨੀਵਾ, ਮਤ ਜੀ ਮਤ ਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ, ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਜੀ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਉਹ ਵਾਹਿਗੁਰੂ ਜੀ, ਹੋਈ ਸਵਾਸਾਂ ਨੂੰ ਕੀ ਪੂੰਜੀ ਨੂੰ ਭੋਗਦੇ ਹੋਏ, ਮਾਤਾ ਕਿਰਪਾਲ ਕੌਰ ਜੀ ਆਪ ਦੇ ਹੁਕਮ ਅਨੁਸਾਰ ਕੀਤੇ ਕਿਸੇ ਸਮੇਂ 'ਚ ਅਕਾਲ ਚਲਾਣਾ ਕਰ ਗਏ ਸੀ। ਇਹਨਾਂ ਦੇ ਭਲੇ ਪਾਤਸ਼ਾਹ ਜੀ, ਉਹਨਾਂ ਦਾ ਪੁੱਤਰ ਬਾਪ ਪਰਿਵਾਰ ਮਿਲ ਕੇ ਭਾਈ ਗੁਰਿੰਦਰ ਸਿੰਘ, ਭਾਈ ਨਰਿੰਦਰ ਸਿੰਘ ਸਹਿਤ ਪਰਿਵਾਰ ਨੇ ਮਿਲ ਕਰਕੇ ਰੱਖੀ ਪਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ, ਪਾਤਸ਼ਾਹ ਜੀ ਨੂੰ ਸਹਿਤ ਪਾਠਾਂ ਦੀ ਰੰਗਤਾ ਕਰਵਾਈ, ਅੰਮ੍ਰਿਤ ਵੇਲੇ ਗੁਰਬਾਣੀ ਦੀ ਭੋਗ ਪੈ, ਪਾਤਸ਼ਾਹ ਜੀ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਮਨੋਹਰ ਕੀਰਤਨ, ਗੁਰਮੁਖ ਦੀਆਂ ਵਿਚਾਰਾਂ ਹੋਈਆਂ। ਵਾਹਿਗੁਰੂ ਜੀ ਕਾ ਖਾਲਸਾ,
ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਣਾ ਰੌਣਾ ਕੋ ਰਹੇ ਰੰਗ ਨਾ ਤੁੰਗ, ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ, ਧੀਰ ਦੇ ਮਾਂ ਬਾਪ ਅਨੁਸਾਰ। ਅੱਜ ਆਪਾਂ ਸਾਰੀ ਸਾਧ ਸੰਗਤ, ਸਤਿਕਾਰਯੋਗ ਮਾਤਾ ਕਿਰਪਾਲ ਕੌਰ ਜੀ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਨ ਵਾਸਤੇ ਇੱਥੇ ਇਕੱਤਰ ਹੋਏ ਹਾਂ। ਸੋ ਸਮਾਂ ਅਜਾਜ ਭਾਵੇਂ ਨਹੀਂ ਦਿੰਦਾ, ਸਮਾਂ ਜ਼ਿਆਦਾ ਹੋ ਗਿਆ, ਪ੍ਰੋਗਰਾਮ ਇਸ ਟਾਈਮ ਦੇ ਜ਼ਿਆਦਾ ਹੁੰਦੇ ਨੇ। ਅੱਜ ਆਪਾਂ ਸਾਰੇ ਇਸ ਸ਼ੋਕ ਸਮਾਗਮ ਦੇ ਵਿੱਚ ਸਾਡੇ ਸਤਿਕਾਰਯੋਗ ਮਾਤਾ ਕਿਰਪਾਲ ਕੌਰ ਜੀ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ। ਮਾਤਾ ਜੀ ਦੀ ਕੋਈ ਜ਼ਿਆਦਾ ਉਮਰ ਨਹੀਂ ਸੀ, ਅਚਾਨਕ ਹੀ ਉਸ ਦਿਨ ਭੰਗੂ ਸਾਹਿਬ ਨਾਲ ਗੱਲ ਹੋਈ। ਅਸੀਂ ਕਿਸੇ ਹੋਰ ਪ੍ਰੋਗਰਾਮ ਬਾਰੇ ਗੱਲ ਕਰਨ ਲੱਗੇ ਸੀ, ਤਾਂ ਉਹਨਾਂ ਨੇ ਦੱਸਿਆ ਕਿ ਹੁਣੀ ਹੁਣੀ ਇਹ ਘਟਨਾ। ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ, ਸਮੂਹ ਭੰਗੂ ਪਰਿਵਾਰ ਵੱਲੋਂ ਅਤੇ ਸਮੂਹ ਖਹਿਰਾ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰੂ ਸਤਿਕਾਰਯੋਗ ਮਾਤਾ ਕਿਰਪਾਲ ਕੌਰ ਜੀ ਇੱਕ ਇਹੋ ਜਿਹੇ ਪਰਿਵਾਰ ਤੋਂ ਸੰਬੰਧਿਤ ਸੀ ਕਿ ਜਿਹਨੇ ਭੰਗੂ ਪਰਿਵਾਰ ਵਿੱਚ ਆਉਣ ਨਾਲ ਵੀ ਚਾਰ ਚੰਦ ਲਾ ਦਿੱਤੇ। ਅੱਜ ਤੁਸੀਂ ਵੇਖ ਗਿਆ ਹੈ ਕਿ ਇਲਾਕੇ ਦੀ ਸਾਰਿਆਂ ਹੀ ਲੋਕਾਂ ਨੇ ਇੰਨੀ ਵੱਡੀ ਪ੍ਰਸ਼ੰਸਾ ਕੀਤੀ ਅਤੇ ਜਿਹੜੇ ਪਰਿਵਾਰ ਦੇ ਬਜ਼ੁਰਗ ਆ ਉਹਨਾਂ ਨੇ ਸਾਡੇ ਕੋਲ ਇੰਨੀ ਵੱਡੀ ਪ੍ਰਸ਼ੰਸਾ ਕੀਤੀ ਕਿ ਉਹਨਾਂ ਦਾ ਇਸ ਪਰਿਵਾਰ ਦੇ ਉੱਤੇ ਇੰਨਾ ਵੱਡਾ ਕਰਜ਼ਾ ਹੈ ਕਿ ਪਰਿਵਾਰ ਦੀ ਪੀੜ੍ਹੀ ਇਹਨੂੰ ਛੁਪਾ ਵੀ ਨਹੀਂ ਸਕਦੀ। ਇਹ ਭੰਗੂ ਪਰਿਵਾਰ ਇੱਥੋਂ ਤੱਕ ਲੈ ਕੇ ਜਾਣ ਵਾਸਤੇ ਮਾਤਾ ਜੀ ਦਾ ਬਹੁਤ ਅਹਿਮ ਰੋਲ ਸੀ, ਬਹੁਤ ਵੱਡਾ ਯੋਗਦਾਨ ਸੀ ਅਤੇ ਇਸ ਮਾਤਾ ਜੀ ਦਾ ਕਰਜ਼ਾ ਇਹ ਪਰਿਵਾਰ ਕਦੀ ਵੀ ਨਹੀਂ ਦੇ ਸਕਦਾ। ਮੈਂ ਜਦੋਂ ਤੋਂ ਵੀ ਇਸ ਪਰਿਵਾਰ ਨਾਲ ਸੰਬੰਧਿਤ ਹੋਏ, ਅਸੀਂ ਇਸ ਮਾਤਾ ਜੀ ਦੇ ਹਰ ਟਾਈਮ ਹਰ ਵਕਤ ਗੱਲਾਂ ਸੁਣ ਕੇ ਇਹਨਾਂ ਤੋਂ ਇੰਨੇ ਵੱਡੇ ਪ੍ਰਭਾਵਿਤ ਹੋਏ ਕਿ ਜਿਨ੍ਹਾਂ ਨੇ ਇਸ ਘਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ ਇੰਨੀ ਤਰੱਕੀ ਦੀ ਰਾਹ 'ਤੇ ਜਾਣ ਦੀ ਸੇਧ ਦਿੱਤੀ ਕਿ ਜੋ ਮਾਂ ਪਿਓ ਬਹੁਤ ਘੱਟ ਦੇ ਸਕਦੇ ਹਨ, ਅਸੀਂ ਸਾਰੇ ਹੀ ਇਸ ਮਾਤਾ ਕਿਰਪਾਲ ਕੌਰ ਜੀ ਦੇ ਰਿਣੀ ਹਾਂ, ਕਰਜ਼ਦਾਰ ਹਾਂ। ਅਤੇ ਮੈਂ ਪਰਮਾਤਮਾ ਤੋਂ ਇਹੀ ਹੁਣ ਅਰਦਾਸ ਕਰਦਾ ਹਾਂ ਕਿ ਇਹ ਸਾਰਾ ਹੀ ਪਰਿਵਾਰ ਉਸ ਮਾਤਾ ਜੀ ਦੇ ਕੀਤੇ ਹੋਏ ਕੰਮਾਂ ਤੋਂ ਸੇਧ ਲੈ ਕੇ ਆਪਣੇ ਆਪ ਨੂੰ ਉਸ ਤੋਂ ਵੀ ਉੱਚਾ ਚੁੱਕਣ ਅਤੇ ਮਾਤਾ ਜੀ ਦੇ ਮਨ ਦੇ ਜਿਹੜੇ ਬਲਬਲੇ ਸੀ ਉਹਨੂੰ ਇਹ ਸਾਰਾ ਹੀ ਪਰਿਵਾਰ ਪੂਰਾ ਕਰੇ। ਭੰਗੂ ਪਰਿਵਾਰ ਇਮਾਨਦਾਰ ਔਰ ਲੋਕਾਂ ਦੇ ਵਿੱਚ ਵਿਚਰਨ ਲਈ ਕਿਸੇ ਵੀ ਤੋਂ ਘੱਟ ਨਹੀਂ ਰਹੇ। ਇਹਨਾਂ ਸਾਰਿਆਂ ਨੇ ਮਾਤਾ ਜੀ ਦੇ ਜਾਣ 'ਤੇ ਸਾਨੂੰ ਸਭ ਨੂੰ ਇੰਨਾ ਵੱਡਾ ਘਾਟਾ ਪਿਆ ਹੈ ਕਿ ਜੋ ਅਸੀਂ ਪੂਰਾ ਹੋਣ ਵਾਲਾ ਨਹੀਂ ਹੈ, ਪਰ ਸਾਡੀ ਹੁਣ ਸਭ ਦੀ ਜ਼ਿੰਮੇਵਾਰੀ ਇਹੀ ਬਣਦੀ ਹੈ ਸਾਰੇ ਆਉਣ ਵਾਲੀ ਪੀੜ੍ਹੀਆਂ ਦੀ ਕਿ ਅਸੀਂ ਮਾਤਾ ਜੀ ਦੇ ਇਹਨੇ ਕੀਤੇ ਹੋਏ ਕੰਮਾਂ ਤੋਂ ਸੇਧ ਲੈ ਕੇ ਉਹਨਾਂ ਮਾਤਾ ਜੀ ਦੇ ਹਰ ਬੋਲ ਨੂੰ ਚਾਰ ਚੰਦ ਲਾਈਏ। ਮੈਂ ਮਾਤਾ ਜੀ ਨੂੰ ਨਤਮਸਤਕ ਹੁੰਦਾ ਹੋਇਆ ਪ੍ਰਾਰਥਨਾ ਕਰਦਾ ਹਾਂ ਕਿ ਸਾਡੀ ਅੱਜ ਸਾਰਿਆਂ ਦੀ ਸੱਚੀ ਸ਼ਰਧਾਂਜਲੀ ਸ਼ਰਧਾ ਦੇ ਬੁੱਲ ਇਹੀ ਹੋਣਗੇ ਕਿ ਅਸੀਂ ਉਹਨੂੰ ਮਾਤਾ ਜੀ ਉਹਨਾਂ ਦੇ ਕੀਤੇ ਕੰਮਾਂ ਨੂੰ ਅੱਗੇ ਲੈ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ। ਘਰ ਵਿੱਚ ਬਹੁਤ ਵੱਡਾ ਘਾਟਾ ਹੈ। ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ, ਮਾਂ ਦੀ ਗੁਜਰੀ ਚ ਵੀ ਲਿਖਿਆ ਹੈ ਗੁਰਦੇਵ ਮਾਤਾ
गुरदेव पिता गुरदेव स्वामी परमेश्वर सब तो पिछों सारा परिवार सपुत्र सरदार गुरिंदर धर्मपत्नी बीबी गुरजीत कौर जी एक बेटी भैन जी हरदीप कौर जी धर्मपत्नी सरदार हरपाल सिंह जी पोतरे सरदार सतबीर सिंह जी ते सरदार सुखजिंदर सिंह जी वो पंगू परिवार सरकार के हुक्म के अंदर राणा रावना गोर है रंगना तुंग फकीर बारी आपो अपनी कोई ना बंद तीन संसार एस जी पी सी बरोबर साहब बैठे हैं बहुत बहुत संगत बैठी बड़े सियाने संगत बैठिया कुछ बुद्धि कीर्तन करने को अनेक प्रकार गलतियां छपे हुए एड्रेस कार्ड बाद संगत ले सकते हो आनंद साहब की बाणी सारी संगत रल के पढ़िए कोई भी रचना बाझी ना लगे राम गली महला तीजा दुर्गा पास है मन बजिया राग तन पर सब हरे के कमरी का
सदा गुरु तुमरी गत बेत तुम्हें जाने नानक दास सदा कुर्बानी सुख सागर दास तुम्हारी जीव पिन सब तेरा कहो नाम सब ते गुरियाई कोई नाम न जाने मेरा अरदास ओंकार वाहिगुरु जी की फतेह श्री भगवी जी सहाय वाह श्री भगवी जी की पातशाही दसवीं प्रंथु भगवी सुरत है गुरु नानक जी ध्याए फिर गुरु जी अमरदास रामदास साहब गुरु सहाय अर्जना को मेरों सुरु श्री अल्लाह श्री अर्जुन ध्याई है सुरक्ष है सब सुख जाए ते भाग सुने कारण जिता बिताए सुखाई हुए पाए सब पाशन जो श्री गुरु ग्रंथ साहिब जी के पाठ का वर्णन की खालसा जी बोले कन्हा प्यारे नाम एक नाई के वाले एक नाई का अपना प्यारे चरण की एक नाई का ध्यान की खालसा जी बोले जिनके प्रथम है समूह खालसा जी की अरदास है जी सरबत खालसा जी को वाहेगुरु 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 चिता वै चित आम का सदका सब सुख होवै जहां जहां खालसा जी सहेब तहां तहां रचिया जी रहे देव तेग फतेह ब्रिद की पैठ पंथ की जीत श्री साहेब जी सहाय खालसे जी के बोल बाले बोलो जी सिखां सिखी दान केस दान रहत दान विवेक दान विसाह दान भरोसा दान दाना सिर दान नाम दान श्री अमृतसर जी के इशनान चौकियां झंडे पोंगे जुगो जुग अटल धर्म का जयकार बोलो जे सिखां दा मन नीमा मत जी मत ले राखे आप अकाल पुरख वाहेगुरु जी हे अकाल पुरख अपने पंथ ते सदा सहाई दा तार जीओ श्री ननकाणा साहिब जी ते होर गुरुद्वारियां गुरधामां दे जिन्हां तों पंथ नूं विछोड़िया गया है खुले दर्शन दीदार ते सेवा संभाल का दान खालसा जी नूं बख्शो हे माणिया दे माण ते ताणिया दे ताण ते उठिया दी उठ वाहिगुरु जी आप जी की पावन पवित्र गुरबाणी का प्रमाण है जिहा जी लिखिया तिहा हुकम कमाहे कले नाम है नानका आप जी की बख्शी हुई स्वासां नूं की पूंजी नूं भोगदे हुए माता कृपाल कौर जी आप के हुक्म अनुसार कीते किसी समय अकाल चलाना कर गए तिन्हां दे भले पातशाह जी उन्हां दा पुत्र बाप परिवार मिल के भाई गुरिंदर सिंह भाई नरिंदर सिंह सहज परिवार ने मिल करके रब्बी बाणी के श्री अखंड पाठ साहिब जी प्रारंभ पातशाह जी सहज पाठां दी रंभता करवाई अमृत वे गुरबाणी के भोग पै पातशाह जी उपरंत खुले पंडाल विच मनोहर कीर्तन गुरमुख दीआं विचारां होईआं होईआं पुरनां दुखां की खिमा करनी पातशाह जी संसार यात्रा पूरी कर दे संसार के जीवां तों अनेकां ही प्रकार दीआं भुलां होईआं पातशाह जी ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਕਰੋ ਕਿਰਪਾ ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਤਾਂ ਨਿਹਾਲ ਕਰੋ ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾ ਵੇ ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਨਾਨਕ ਨਾਮ ਚੜ੍ਹਦੀ ਹੋਰ ਆ ਗਿਆ ਭਈ ਅਕਾਲ ਕੀ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ
ਵਾਹਿਗੁਰੂ ਜੀਓ ਸਤਨਾਮ ਸ੍ਰੀ ਵਾਹਿਗੁਰੂ ਜੀ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਣਾ ਜੈ ਜੈ ਰੱਖਿਆ ਤਹਿ ਜਾਏ ਖੜੋਣਾ ਸੋ ਕਹੋ ਤਲ ਗੁਰ ਸੇਵੀਐ ਤਹਿਰਸ ਸਹਿਜ ਦਰਸ਼ਨ ਪਰਸਿਆ ਗੁਰੂ ਗੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੇ ਲੋਰਿਆ ਸੋ ਕੁਰਸੋ ਤੁਦ ਡਟੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੇ ਕਟਿਆ ਵਾਹਿਗੁਰੂ ਸਾਹਿਬ ਜੀਓ ਕਰਨੀ ਲਾਇਆ ਹਰ ਸੰਗ ਸਹਾਈ ਪਾਇਆ ਗੁਰਪੂਰੇ ਤੁਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਸੋਹਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਓ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਾਣ ਅਧਾਰਾ ਹਮ ਸੰਤ ਜਣਾ ਰੇ ਨਾਰਾ ਤਖਤ ਪ੍ਰੀਤ ਕਰ ਲੀਨੇ ਕਰ ਕਿਰਪਾ ਹਰ ਜਸ ਜਿਨੇ ਪਾਰ ਬ੍ਰਹਮ ਕਰੇ ਪ੍ਰਿਤ ਪਾਲਾ ਸਦ ਜੀ ਸੰਗ ਰਖਵਾਲਾ ਹਰ ਦਿਨ ਰਹਿਣ ਕੀਰਤਨ ਗਾਈਐ ਜਿਸ ਦੇਵ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਦੇਵ ਪੁਰਖ ਵਿਧਾਤਾ ਹਰ ਰਸ ਤਿਨਹੀ ਜਾਤਾ ਜਮ ਕੰਕਰ ਨੇੜ ਨਾਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਣਾ ਰੌਣਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਾਂ ਬਾਪ ਅਨੁਸਾਰ ਅੱਜ ਆਪਾਂ ਸਾਰੀ ਸਾਧ ਸੰਗਤ ਸਤਿਕਾਰਯੋਗ ਮਾਤਾ ਕਿਰਪਾਲ ਕੌਰ ਜੀ ਨੂੰ ਸ਼ਰਧਾ ਦੇ ਸਤਿਕਾਰ ਭੇਟ ਕਰਨ ਵਾਸਤੇ ਤੇ ਇਕੱਤਰ ਹੋਏ ਹਾਂ ਸੋ ਸਮਾਂ ਅਜਾਜ ਭਾਵੇਂ ਨਹੀਂ ਦਿੰਦਾ ਸਮਾਂ ਜ਼ਿਆਦਾ ਹੋ ਗਿਆ ਪ੍ਰੋਗਰਾਮ ਇਸ ਟਾਈਮ ਦੇ ਜ਼ਿਆਦਾ ਹੁੰਦੇ ਨੇ ਸੋ ਮਾਤਾ ਦੇ ਪ੍ਰਥਾਏ ਜੇ ਆਪਾਂ ਬੋਲਣ ਲੱਗੀਏ ਤਾਂ ਇਹ ਖੁੱਲ੍ਹੀ ਕਿਤਾਬ ਹੈ ਬੜਾ ਸਮਾਂ ਲੱਗ ਜਾਏਗਾ ਕਹਿੰਦੇ ਕੋਈ ਸੋਭਾ ਨਹੀਂ ਦੇਖਾ ਇਹ ਕੁਰਬਾਨ ਇਹ ਮਾਤਾ ਦੀ ਕੁਰਬਾਨੀ ਹੈ ਕਿ ਮਾਤਾ ਨੇ ਇਸ ਪਰਿਵਾਰ ਨੂੰ
सरदार गुरविंदर सिंह भंगू साहब नूं पंथ दे नाल समाज दे नाल जमाने दे नाल जोड़िया ते अज उन्होंने इलाके दे विच समाज दे विच राजनीतिक पक्षा दे विच अपनी चढ़दी कला दिखाई है। सो अज दा टाटा मारना जो कट्ठ ये दर्शाता है कि यह जिहड़ा परिवार है जिहदी अगवाई सरदार गुरविंदर सिंह जी भंगू करदे ने उन्होंने समाज दे विच धार्मिक पक्ष दे विच राजनीतिक पक्ष दे विच कंधा कढ़िया है ते अपना नाम कढ़िया। सो मैं ज़्यादा समा नहीं देना इस इलाके दे विच सरदार गुरविंदर सिंह जी भंगू ते सरदार जय सिंह जी उपल दी जोड़ी ये मशहूर जोड़ी है जो देश की भी सेवा करती है पई पार्टी की भी सेवा करते श्रोमणी अकाली दल की सेवा करती है पई ये कोई दसन की लोड़ नहीं। सो अज का जो ठाठा मारता कट है वो बहुत सत्कारयोग हस्तियां धार्मिक हस्तियां बाबा बलवीर सिंह जी गढ़ी साहब वाले कार सेवा वाले श्रोमणी गुरुद्वारा प्रबंधक कमेटी के सबका प्रधान प्रोफेसर कृपाल सिंह जी डूंगर ते साडे हलके दीआं सत्कार योग हस्तियां जिन्हां दे विच साडे बीबी वरिंदर कौर जी डूंबा एमएलए हलका सतराणा ते उहनां दे सत्कार योग पति सरदार करम सिंह जी डीडीओ इस तरह इलाके दीआं मैं वेखदा कि जिन्हिया संस्थावां ने भावें इलैक्टेड ने भावें वह समाजिक ने भावें राजनीतिक ने सारिया उचेचे तौर पर सरदार गुरविंदर सिंह जी भंगू भंगू के नाल दुख साझा करने वास्ते इकट्ठिया हुई ने। इलाके दस्तियां चेयरमैन साहब सारे बैठे ने साडे सत्कारयोग सरदार महिंदर सिंह जी लालवा चेयरमैन प्लैनिंग बोर्ड पटियाला वह भी संगत के विच हाजिर ने। इस तरह ही सरदार निर्मल सिंह जी हरिऊ वह भी संगत के विच बैठे ने परिवार के नाल दुख साझा करने वास्ते इतने इकट्ठे आए। सो मैं वेख रहा जिन्हिया भी पार्टियां ने साडे विच कांग्रेस पार्टी के भी सत्कारयोग सरदार जंत सिंह जी पप्पी समाणे तो वह भी पहुंचे ने। समा ज़्यादा हो गया कि प्रोग्राम ने हुक्म होया परिवार वालों कि आप समा ज़्यादा नहीं लाना कि एम एल ए साहब तो दो शब्द कहा के आप प्रशाद वट के लंगर छक के आपको अपने घर जाना है। मैं सारिया वर्कर का लीडर साहबाना का धन्यवाद करता कि वह उन्होंने मैं नाम भावे नहीं रह सकिया पर मैं बेनती करूँगा कि इस गल का गुस्सा ना करे कुछ संस्थावान ने जिन्हों का साढ़े को सोग समाचार आए हैं राइस मिल एसोसीएशन समाड़ा इस तरह सुभाष गोल आरती एसोसीएशन बादशाहपुर इस तरह ही राइस सैदर एसोसीएशन पटियाला ये सारिया संस्थावान। सो इतने सारिया वालों सारे की हाजिरी लाने मैं बेनती कराँगा एम एल ए साहब नूं कि दो शब्द आ के माता दे प्रथाए कह माता जी नूं श्रद्धा दे सत्कार भेट करन। इस तरह ही सरदार लाल सिंह जी एम एल ए सनौर तो उन्हों का शोक समाचार आया इस आरती एसोसीएशन उन्हों का भी शोक समाचार एम एल ए साहब नूं बेनती करांगे कि वह दो शब्द संगतां दे नाल सांझे करन। बीबी वरिंदर कौर जी एम एल ए हलका छतराणा साहब जी जूरी च बैठ के सात संगत जी वाहेगुरु जी का खालसा वाहेगुरु जी की फतेह। अज आप सारे इस शोक समागम के साडे सत्कारयोग माता कृपाल कौर जी के अंतम अरदास दे विच शामिल होए हैं। माता जी की कोई ज़्यादा उम्र नहीं सी अचानक ही उस दिन ਭੰਗੂ ਸਾਹਿਬ ਨਾਲ ਗੱਲ ਹੋਈ ਅਸੀਂ ਕਿਸੇ ਹੋਰ ਪ੍ਰੋਗਰਾਮ ਬਾਰੇ ਗੱਲ ਕਰ ਲੱਗੇ ਸੀ ਤਾਂ ਉਹਨਾਂ ਨੇ ਦੱਸਿਆ ਕਿ ਹੁਣੀ ਹੁਣੀ ਇਹ ਘਟਨਾ ਜਿਹੜੀ ਵਾਪਰ ਗਈ ਆ ਬੜਾ ਮਨ ਦੇ ਵਿੱਚ ਇਸ ਗੱਲ ਦੀ ਅਚਾਨਕ ਸੱਟ ਜਿਹੜੀ ਉਹਦਾ ਦੁੱਖ ਲੱਗਿਆ। ਅੱਜ
ਆਪਾਂ ਸਾਰੇ ਜਾਣਦੇ ਹਾਂ ਕਿ ਮਾਤਾ ਦਾ ਜੋ ਹਰ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਜਗ੍ਹਾ ਹੁੰਦੀ ਆ, ਇੱਕ ਵਿਸ਼ੇਸ਼ ਸਥਾਨ ਜਿਹੜਾ ਮਾਤਾ ਦਾ ਹੁੰਦਾ, ਸ਼ਾਇਦ ਮਾਤਾ ਦੇ ਹੁੰਦੇ ਉਹ ਅਹਿਸਾਸ ਨਾ ਹੋਵੇ। ਇਹ ਅਹਿਸਾਸ ਉਦੋਂ ਹੁੰਦਾ ਜਦੋਂ ਇਹ ਜਿਹੜੀ ਤੁਸੀਂ ਛੱਤ ਤੋਂ ਵਾਂਝੇ ਹੋ ਜਾਂਦੇ ਹੋ, ਜਾਂ ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਮਾਂ ਤੋਂ ਬਿਨਾਂ ਜ਼ਿੰਦਗੀ ਦੇ ਪਲ ਜਾਂ ਜ਼ਿੰਦਗੀ ਕੱਟੀ ਹੁੰਦੀ ਆ, ਕਿ ਮਾਂ ਦਾ ਕੀ ਬੱਚੇ ਦੇ ਲਈ ਜੋ ਮਾਂ ਦਾ ਕਿਰਦਾਰ ਕੀ ਆ। ਅੱਜ ਭੰਗੂ ਸਾਹਿਬ ਹੋਣੀ ਸੁਰਿੰਦਰ ਭੰਗੂ ਜੀ ਅਤੇ ਨਰਿੰਦਰ ਭੰਗੂ ਜੀ ਦੋਵੇਂ ਬ੍ਰਦਰ ਨੇ, ਇਹਨਾਂ ਦੇ ਸਿਸਟਰ ਅੱਜ ਮਾਂ ਦੇ ਪਿਆਰ ਤੋਂ ਵਾਂਝੇ ਹੋ ਗਏ ਨੇ। ਨਹੀਂ ਆਪਾਂ ਦੇਖਦੇ ਹਾਂ ਕਿ ਸੰਸਾਰ ਦੇ ਵਿੱਚ ਜਿੰਨੀ ਮਰਜ਼ੀ ਕੋਈ ਦੁੱਖ ਤਕਲੀਫ ਹੋਵੇ, ਕੋਈ ਤੁਸੀਂ ਬਾਹਰੋਂ ਗੁੱਸੇ ਜਾਓ, ਪਰ ਜਿਹੜੇ ਮਾਂ ਦੇ ਚਾਰ ਸ਼ਬਦ ਬੋਲੇ ਹੋਏ ਹੁੰਦੇ ਨੇ ਹਮਦਰਦੀ ਦੇ, ਆਸਰੇ ਦੇ, ਉਹਦੇ ਨਾਲ ਮੇਰਾ ਖਿਆਲ ਆ ਵੀ ਉਸ ਪਲ ਤੁਸੀਂ ਸਾਰਾ ਕੁਛ ਭੁੱਲ ਜਾਂਦੇ ਹੋ। ਮਾਂ ਦੇ ਦੋ ਪਿਆਰ ਵਾਲੇ ਸ਼ਬਦ ਕਹਿੰਦੇ ਕਦੇ ਵੀ ਆਪਾਂ ਦੇਖਣ ਨੂੰ ਮਿਲਦਾ, ਸਾਰੇ ਆਪਾਂ ਹਰ ਰੋਜ਼ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ, ਸਾਰੀ ਦੁਨੀਆਂ ਸਾਥ ਛੱਡਦੇ, ਪਰ ਇੱਕ ਮਾਂ ਹੀ ਹੁੰਦੀ ਆ ਜਿਹੜੀ ਕਦੇ ਬੱਚੇ ਦਾ ਸਾਥ ਨਹੀਂ ਛੱਡਦੀ। ਕਿੰਨਾ ਮਾੜਾ ਹੋਵੇ ਫਿਰ ਵੀ ਉਹਦੀ ਕੋਸ਼ਿਸ਼ ਇਹੀ ਹੁੰਦੀ ਆ ਕਿ ਮੇਰਾ ਬੱਚਾ ਕੋਈ ਨਹੀਂ, ਉਹ ਤੋਂ ਗਲਤੀ ਹੋ ਗਈ ਅਣਜਾਣੇ ਦੇ ਵਿੱਚ, ਉਹ ਸਹੀ ਹੋ ਜੂਗਾ। ਉਹ ਸਾਥ ਨਹੀਂ ਛੱਡਦੀ ਅਖੀਰ ਤੱਕ, ਦੁਨੀਆਂ ਸਾਰੀ ਸਾਥ ਛੱਡ ਦਿੰਦੀ ਆ। ਅੱਜ ਇਸ ਪਰਿਵਾਰ ਦੇ ਆਪਾਂ ਜਿਵੇਂ ਜਾਣਦੇ ਹਾਂ ਕਿ ਇਸ ਤਰ੍ਹਾਂ ਦਾ ਇਹਨਾਂ ਦਾ ਸਮਾਜ ਦੇ ਵਿੱਚ ਇਹਨਾਂ ਦਾ ਭੰਗੂ ਸਾਹਿਬ ਉਹਨਾਂ ਦਾ ਜਾਂ ਇਹਨਾਂ ਦੇ ਬਜ਼ੁਰਗਾਂ ਦਾ ਵੀ ਕਿਸ ਤਰ੍ਹਾਂ ਦਾ ਸਮਾਜ ਦੇ ਵਿੱਚ ਸਥਾਨ ਸੀ, ਕਿਸ ਤਰ੍ਹਾਂ ਉਹ ਹਰ ਇੱਕ ਕੋਈ ਸੰਸਥਾ ਹੋ ਗਈ, ਕੋਈ ਵੀ ਜਿਹੜਾ ਸੰਸਾਰਿਕ ਕੰਮ ਸਮਾਜਿਕ ਕੰਮ ਉਹਨਾਂ ਦੇ ਵਿੱਚ ਵੱਧ ਚੜ੍ਹ ਕੇ ਜਿਹੜੇ ਹਿੱਸਾ ਲੈਂਦਾ ਹੈ ਇਹ ਪਰਿਵਾਰ। ਇਹ ਇਸ ਤਰ੍ਹਾਂ ਮੈਂ ਸਮਝਦੀ ਹਾਂ ਇੱਕ ਮਾਤਾ ਜੀ ਦਾ ਹੀ ਆਸ਼ੀਰਵਾਦ ਆ, ਉਹਨਾਂ ਦੀ ਸਿੱਖਿਆ, ਜਿਸ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ। ਮੈਂ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਦੇ ਨਾਲ ਜਿਹੜਾ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਹਮੇਸ਼ਾ ਪਰਮਾਤਮਾ ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੇ ਅਤੇ ਸਾਰੇ ਹੀ ਜੋ ਦੋਸਤ ਮਿੱਤਰ ਰਿਸ਼ਤੇਦਾਰ ਆਏ ਨੇ ਉਹਨਾਂ ਦਾ ਵੀ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰਾਂਗਾ ਪਰਿਵਾਰ ਵੱਲੋਂ ਸਰਦਾਰ ਬੂਟਾ ਸਿੰਘ ਜੀ ਲੁੱਕੀ ਸਾਹਿਬ ਨੂੰ ਕਿ ਉਹ 2 ਮਿੰਟ ਸਟੇਜ 'ਤੇ ਆਉਣ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਨ, ਗ੍ਰੰਥੀ ਸਿੰਘ ਸਾਹਿਬਾਨਾਂ ਨੂੰ ਇਹਨਾਂ ਨੇ ਸੇਵਾ ਕਰ, ਇਹ ਬੇਨਤੀ ਪ੍ਰਵਾਨ ਕਰਿਓ। ਲੁੱਕੀ ਸਾਹਿਬ ਨੂੰ ਬੇਨਤੀ ਕਿ ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਨ ਸਰਦਾਰ ਬੂਟਾ ਸਿੰਘ ਜੀ ਨੂੰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਕਟਰੀ ਸਾਹਿਬ ਨੇ ਨਿਰਦੇਸ਼ ਕੀਤਾ ਸੀ ਅਤੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ। ਮੈਂ ਉਹਨਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਅੱਜ ਮਾਤਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਨੇ ਸਮੂਹ ਭੰਗੂ ਪਰਿਵਾਰ ਵੱਲੋਂ ਅਤੇ ਸਮੂਹ ਖਹਿਰਾ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਮਾਤਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ
ਕੋਈ ਗੱਲ ਨਹੀਂ ਦਾ 10 ਮਿੰਟ ਵੇਟ ਕਰੋ ਉਹ ਉਹਨਾਂ ਦੀ ਹੈ ਵੀਰ ਉਹ ਆਪਣੇ ਪਰਿਵਾਰ ਵੱਲੋਂ ਉਹ ਆਪਾਂ ਹੀ ਕਰਾਂਗੇ ਹਾਂ ਕੋਈ ਨਹੀਂ ਬਸ ਸਹੀ ਹੈ ਜੀ
और लोगों के विचरन लिए किसी भी कौन घट नहीं रहे। इन्होंने सारे ने माता जी के जानते सू सब इन्ना बड़ा घाटा पिया है कि जो असी पूरा होने वाला नहीं है, पर साड़ी हम सब की जिम्मेवारी यही बनती है सारे आने वाली पीढ़ियों की कि असी माता जी के इन्हें किए हुए कामों को सीध लैके उन्होंने माता जी के हर बोल चार चंद लाइए। मैं माता जी नतमस्तक होता हो प्रार्थना करता हाँ कि साड़ी सारे की सच्ची श्रद्धांजलि श्रद्धा के बुल यही होंगे कि असी उन्होंने माता जी उन्होंने किए तो मानो अगे लैके जाइए। वाहगुरू का खालसा ਮੇਰੇ ਨੂੰ ਘਟਵਾਉਣ ਦਾ ਨਾਮ ਹੈ।